ਬਟਾਲਾ ਵਿੱਚ ਵੱਡੀ ਵਾਰਦਾਤ। ਕਾਂਗਰਸੀ ਸਰਪੰਚ ਦੇ ਪੁੱਤ ਦਾ ਕਤਲ। ਦੁਸ਼ਮਣੀ ਨੇ ਖੋ ਲਿਆ ਇਕਲੌਤਾ ਪੁੱਤ। ਦਿਨ ਦਿਹਾੜੇ ਮਾਰੀਆਂ ਗੋਲੀਆਂ। ਤਸਵੀਰਾਂ ਗੁਰਦਾਸਪੁਰ ਦੇ ਹਲਕਾ ਬਟਾਲਾ ਦੀਆਂ ਨੇ, ਜਿੱਥੇ ਪੁਰਾਣੀ ਰੰਜਿਸ਼ ਤੇ ਚੱਲਦਿਆਂ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਪਿੰਡ ਹਰਪੁਰਾ ਦੀ ਕਾਂਗਰਸੀ ਸਰਪੰਚ ਸੁਖਜਿੰਦਰ ਕੌਰ ਦਾ ਇਕਲੌਤਾ ਪੁੱਤ ਜਸਬੀਰ ਸਿੰਘ ਸੀ। ਜਸਬੀਰ ਸਿੰਘ ਤੇ ਉਸ ਵੇਲੇ ਹਮਲਾ ਕੀਤਾ ਗਿਆ ਜਦੋਂ ਉਹ ਸਵੇਰੇ ਖੇਤਾਂ ਨੂੰ ਗੇੜਾ ਮਾਰਨ ਗਿਆ। ਇਸ ਦੌਰਾਨ ਰਾਜਾ ਨਾਂ ਦੇ ਵਿਅਕਤੀ ਨੇ ਜਸਬੀਰ ਸਿੰਘ ਨੂੰ 5-6 ਗੋਲੀਆਂ ਮਾਰ ਦਿੱਤੀਆਂ। ਜਸਬੀਰ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ। ਪੁਲਿਸ ਮੁਤਾਬਕ ਰਾਜਾ ਕਤਲ ਦੇ ਦੋਸ਼ ਵਿੱਚ ਜੇਲ੍ਹ 'ਚ ਸੀ, ਜੋ ਜ਼ਮਾਨਤ 'ਤੇ ਆਇਆ ਹੋਇਆ ਹੈ। ਉਹ ਅੱਜ ਸਵੇਰੇ ਆਪਣੇ ਖੇਤਾਂ ਵੱਲ ਨੂੰ ਜਾ ਰਿਹਾ ਸੀ ਅਤੇ ਰਸਤੇ ਦੇ ਵਿੱਚ ਉਹਨੂੰ ਮੁੰਡਾ ਰਾਜਾ ਆ, ਮੁਖਤਿਆਰ ਸਿੰਘ ਦਾ ਮੁੰਡਾ ਆ, ਉਸੇ ਪਿੰਡ ਦਾ ਹੀ ਰਹਿਣ ਵਾਲਾ, ਉਹਨਾਂ ਨੂੰ ਗੋਲੀਆਂ ਨਾਲ ਮਾਰ ਦਿੱਤਾ। ਇਹਦੇ ਤਕਰੀਬਨ 5-6 ਗੋਲੀਆਂ ਲੱਗੀਆਂ ਅਤੇ ਜਿਹਨੂੰ ਕਿ ਇੱਥੇ ਹੋਸਪਿਟਲ ਲਿਆਂਦਾ ਗਿਆ ਅਤੇ ਇੱਥੇ ਆਣ ਕੇ ਉਹ ਮ੍ਰਿਤ ਘੋਸ਼ਿਤ ਕੀਤਾ ਗਿਆ। ਸਰ, ਸੁਰਾਂ 'ਚ ਆ ਰਿਹਾ ਕਿ ਜਿਹੜੇ ਮੁੰਡੇ ਨੇ ਮਾਰੀਆਂ ਗੋਲੀਆਂ ਉਹਦੇ 'ਤੇ ਵੀ ਪਰਚੇ ਦਰਜ ਹੈਗੇ? ਹਾਂ, ਪਤਾ ਲੱਗਿਆ ਵੀ ਉਹ ਜ਼ਮਾਨਤ 'ਤੇ ਆ, ਬੇਲ 'ਤੇ ਹੈਗਾ, ਬੇਲ ਦੇ ਉੱਤੇ ਹੈਗਾ ਉਹ। ਅਸੀਂ ਦੇਖ ਰਹੇ ਹਾਂ ਹੁਣੇ ਬਿਆਨ, ਉਹਨੇ ਦੀ ਮਦਰ ਦਾ ਬਿਆਨ ਲਿਖਣਾ, ਬਿਆਨ ਲਿਖ ਕੇ ਇਹਨਾਂ ਦਾ ਕੇਸ ਰਜਿਸਟਰ ਕਰਕੇ ਅਤੇ ਜਲਦੀ ਤੋਂ ਜਲਦੀ ਉਹਨੂੰ ਫੜਿਆ ਵੀ ਜਾਵੇਗਾ ਅਤੇ ਨਾਲੇ ਉਹਦੀ ਸਾਰੀ ਬੈਕਗਰਾਉਂਡ ਦਾ ਵੀ ਸਾਰਾ ਉਸਦੇ ਵਿੱਚ ਪਤਾ ਕੀਤਾ ਜਾਵੇਗਾ। ਘਟਨਾ ਤੋਂ ਬਾਅਦ ਜਿੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ, ਉੱਥੇ ਹੀ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ। ਦੱਸ ਦਈਏ ਕਿ ਸਿਆਸੀ ਰੰਜਿਸ਼ ਦੇ ਚੱਲਦਿਆਂ ਇਲਾਕੇ ਵਿੱਚ ਪਹਿਲਾਂ ਵੀ ਕਈ ਕਤਲ ਹੋ ਚੁੱਕੇ ਨੇ। ਬਟਾਲਾ ਤੋਂ ਗੁਰਪ੍ਰੀਤ ਸਿੰਘ ਚਾਵਲਾ, ਜਗਬਾਣੀ ਟੀਵੀ।